ਜੀ ਨੂੰ ਮੈਨ ਆਫ ਦੀ ਮੈਚ ਦੀ ਟਰੋਫੀ। ਨਿੱਕਾ ਜੀ ਜਲਦੀ ਆ ਜਾਣ ਸਟੇਜ ਤੇ, ਮੈਨ ਆਫ ਦੀ ਮੈਚ ਨਿੱਕਾ ਜੀ ਡਬਲਯੂ ਟੀਮ ਦੇ। ਐਮਡੀ ਸਾਹਿਬ ਜੀ ਦੇ ਬ੍ਰਦਰ ਸਾਹਿਬ ਨੂੰ ਵੀ ਰਿਕੁਐਸਟ ਹੈ ਕਿ ਐਮਡੀ ਸਾਹਿਬ ਉਹਨਾਂ ਨੂੰ ਵੀ ਇੱਥੇ ਆਇਆਂ ਨੂੰ ਸਨਮਾਨਿਤ, ਜੋ ਕਿ ਇੱਕ ਡੌਗ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਡ ਦੀ ਤਰਫੋਂ ਸਨਮਾਨ ਦਿੱਤਾ ਜਾਂਦਾ ਹੈ। ਅਸੀਂ ਬਹੁਤ ਹੀ ਰਿਣੀ ਹਾਂ ਐਮਡੀ ਸਾਹਿਬਾਨ ਜੀ ਦੇ, ਸਰਦਾਰ ਦਵਿੰਦਰ ਸਿੰਘ ਜੀ, ਰਣੀਆ ਸਾਹਿਬ ਜੀ ਦੇ ਅਤੇ ਉਹਨਾਂ ਦੇ ਨਾਲ ਆਏ ਹੋਏ ਸਮੁੱਚੇ ਸਾਥੀ, ਜਿਨ੍ਹਾਂ ਨੇ ਬਹੁਤ ਹੀ ਆਪਣਾ ਕੀਮਤੀ ਸਮਾਂ ਇਸ ਡੌਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਡ ਦੇ ਟੂਰਨਾਮੈਂਟ 'ਚ ਦਿੱਤਾ ਹੈ ਅਤੇ ਬਹੁਤ ਹੀ ਜਿੱਤ ਜਿੱਤ ਦੀ ਹੱਕਦਾਰ ਡਗਰੂ ਟੀਮ, ਜੋ ਕਿ ਜਿੱਤ ਕੇ ਉਹ ਲਕਸ਼ ਜਿਸਦੀ ਸਾਰਿਆਂ ਨੂੰ ਬਹੁਤ ਉਮੀਦ ਸੀ, ਉਹਨਾਂ ਨੂੰ ਰਿਕੁਐਸਟ ਹੈ ਕਿ ਮੈਨ ਆਫ ਦੀ ਮੈਚ ਲਈ ਜਲਦੀ ਤੋਂ ਜਲਦੀ ਐਮਡੀ ਸਾਹਿਬਾਨ ਕੋਲ ਜਾਣ ਅਤੇ ਇਸ ਟਰੋਫੀ ਨੂੰ ਲੈ ਕੇ ਆਪਣਾ ਸਨਮਾਨ ਪ੍ਰਾਪਤ ਕਰਨ। ਬਹੁਤ ਹੀ ਅੱਛੇ ਤਰੀਕੇ ਦੇ ਨਾਲ ਇਹਨਾਂ ਨੇ ਜਿੱਤ ਨੂੰ ਆਪਣੀ ਝੋਲੀ ਪਵਾਇਆ ਹੈ, ਇਸ ਪਿੰਡ ਦੀ ਧਰਤੀ ਨੂੰ, ਇਸ ਸਮੁੱਚੇ ਪੰਜਾਬ ਦੇ ਵਿੱਚੋਂ ਪਹਿਲਾ ਡੌਟ ਬੈਵਰੇਜ ਇੰਡੀਆ ਪ੍ਰਾਈਵੇਟ ਲਿਮਿਟਡ ਦੀ ਤਰਫੋਂ ਜੋ ਟੂਰਨਾਮੈਂਟ ਹੋਇਆ ਹੈ ਉਹਨੂੰ ਆਪਣੇ ਪਿੰਡ ਦੀ ਝੋਲੀ ਵਿੱਚ ਪਾਉਂਦੇ ਹੋਏ ਕੈਪਟਨ ਸਾਹਿਬ, ਔਰ ਬਹੁਤ ਹੀ ਖੁਸ਼ੀਆਂ ਭਰਿਆ ਸਮੇਂ, ਬਹੁਤ ਅੱਛਾ ਟਾਈਮ। ਜੋ ਕੈਸ਼ ਇਨਾਮ ਔਰ ਨਾਲ ਬਹੁਤ ਬੜਾ
ਇੱਕ ਸਨਮਾਨਿਤ ਕਰਦੇ ਹੋਏ ਐਮਡੀ ਸਾਹਿਬਾਨ ਸਰਦਾਰ ਦਵਿੰਦਰ ਸਿੰਘ ਜੀ ਰਨੀਆ ਇਹਨਾਂ ਦੀ ਝੋਲੀ ਪਾਉਂਦੇ ਹੋਏ ਕਲੈਪਿੰਗ 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 ਪਿੰਡ ਨੇ ਜਿੱਤਿਆ ਹੈ ਇਹ ਪਿੰਡ ਦੀ ਜਿੱਤ ਹੈ ਤਰੁਣ ਜੀ ਤੋਂ ਰਿਕੁਐਸਟ ਹੈ ਆਓ ਸਰ ਤਰੁਣ ਟੋਕੀ ਡੋਟ ਬੇਵਰੇਜ ਦੀ ਦੂਸਰੀ ਟੀਮ ਜਿਨ੍ਹਾਂ ਨੇ ਇਹ ਸਨਮਾਨ ਗਿਫਟ ਗੁਰਪ੍ਰੀਤ ਸਿੰਘ ਜੀ ਵੀ ਨਾਲ ਸ਼੍ਰੀ ਕਵੋ ਸਾਰੀ ਟੀਮ ਆ ਜਾਓ ਡੋਟ ਦੀ ਸਾਰੀ ਟੀਮ ਇੱਧਰ ਜਾਣਾ ਨਹੀਂ ਹੈ ਭਾਈ ਸਾਹਿਬ ਜੀ ਇਹਨਾਂ ਨੂੰ ਵੀ ਸਨਮਾਨ ਨਾਲ ਕਰ ਜਾਓ ਕਮ ਸੇ ਕਮ ਇਹ ਵੀ ਤੁਹਾਡੀ ਟੀਮ ਦਾ ਹਿੱਸਾ ਨੇ ਇਹਨਾਂ ਨੇ ਤੁਹਾਨੂੰ ਜਿੱਤ ਦਿੱਤੀ ਹੈ ਵੈਰੀ ਗੁੱਡ ਸਾਰੀ ਟੀਮ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਕਿਉਂਕਿ ਆਪਾਂ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਪਿੰਡ ਦੀ ਧਰਤੀ ਦੇ ਵਿੱਚ ਬਹੁਤ ਬੜੇ ਬੜੇ ਟੂਰਨਾਮੈਂਟ ਕਰਵਾਉਣੇ ਨੇ ਔਰ ਇਹੀ ਟੀਮ ਤੁਹਾਡੀ ਹੀ ਟੀਮ ਅੱਗੇ ਅਸੀਂ ਲੈ ਕੇ ਜਾਣੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਥੇ ਕਬੱਡੀ ਦੇ ਮੈਚ ਹੋਰ ਵੀ ਅਦਰਸ ਕਾਫੀ ਜੋ ਟੂਰਨਾਮੈਂਟਸ ਹੁੰਦੇ ਨੇ ਉਹਨਾਂ ਵਿੱਚ ਵੀ ਡੋਟ ਜੋ ਹੈ ਆਪਣਾ ਕੰਟਰੀਬਿਊਸ਼ਨ ਰੱਖੇਗਾ ਬਹੁਤ ਹੀ ਮੁਬਾਰਕਾਂ ਪਿੰਡ ਦੀ ਸਾਰੀ ਟੀਮ ਨੂੰ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਅੱਜ ਇਹ ਗੱਭਰੂਆਂ ਨੇ ਪ੍ਰੂਫ ਕੀਤਾ ਹੈ ਤੇ ਮੈਚ ਜਿੱਤ ਕੇ ਜਾ ਰਹੇ ਨੇ ਸ਼ੁਕਰੀਆ ਅਦਾ ਕਰਦੇ ਹਾਂ